ਕਦੇ ਫਿਲਮਾਂ 'ਚ ਤੁਸੀਂ ਬਹੁਤ ਸਾਰੀਆਂ ਤੁਸੀਂ ਫਿਲਮਾਂ ਕਰਨੀਆਂ ਨੇ, ਇਹ ਹੋ ਸਕਦਾ ਵੀ ਤੁਸੀਂ ਗੱਗੀ ਨੂੰ ਛੱਡ ਦੇਵੋ, ਰਾਮ ਸਰੂਪ ਨੂੰ ਛੱਡ ਦੇਵੋ, ਉਹ ਕਰੈਕਟਰ ਜਾਂ ਉਹ ਉਦਾਂ ਦੀ? ਯਾਰ ਗੱਗੀ ਦਾ ਕਰੈਕਟਰ ਸਾਡੇ ਪਿੰਡ ਦਾ ਰੀਅਲ ਕਰੈਕਟਰ ਆ ਯਾਰ। ਅੱਛਾ, ਸੱਚੀ ਆ ਯਾਰ ਉਹ ਮੁੰਡਾ ਹੈਗਾ। ਹਾਂ, ਹੋਰ ਉਹਨੂੰ ਤਾਂ ਮਤਲਬ ਅਸੀਂ ਸੋਚਦੇ ਸੀ ਵੀ ਤੇਰਾ ਕਰੈਕਟਰ ਕਿਵੇਂ ਕਰੀਏ, ਮੈਂ ਹਮੇ ਗੱਗੀ ਦਾ ਕਰੈਕਟਰ ਕਰਦਾ ਯਾਰ। ਉਹ ਗੱਗੀ ਦਾ ਇੰਨਾ ਕੁ ਪਸੰਦ ਕਰਿਆ ਲੋਕਾਂ ਨੇ ਵੀ ਮਤਲਬ ਵਧੀਆ ਲੱਗਦਾ ਹੁਣ ਸਾਰਿਆਂ ਨੂੰ। ਅਸਲ 'ਚ ਹੁੰਦੇ ਵੀ ਨਹੀਂ ਬਈ ਪਿੰਡਾਂ 'ਚ ਹੁੰਦੇ ਆ, ਸੱਚੀ ਗੱਲ ਹੁੰਦੇ ਆ। ਬਟ ਇਹ ਆ ਮੇਰੇ ਕਰੈਕਟਰ ਦੇ ਵਿੱਚ ਆਇਆ ਵੀ ਠੀਕ ਆਗਾ ਮੈਂ, ਹਨਾ ਮਤਲਬ ਪੱਗ ਪਰਨਾ ਬੰਨਦਾਗਾ ਨਾ, ਠੀਕ ਆ। ਬਟ ਉਹ ਮਤਲਬ ਨਸ਼ੇ ਵਾਲਾ ਬੰਦਾ ਹੈ ਥੋੜ੍ਹਾ ਜਿਹਾ, ਉਹ ਦੂਜੇ ਪਾਸੇ ਚੱਲਣ ਵਾਲਾ, ਬਟ ਹੈਗਾ ਸੱਚੀ ਆ ਉਹ। ਕਿਸਾਨੀ ਧਰਨੇ 'ਤੇ ਵੱਗ ਗਿਆ ਸਾਡੇ ਪਿੰਡ ਤੋਂ ਦਿੱਲੀ 350 ਪਤਾ ਨਹੀਂ ਇੰਨੇ ਕਿਲੋਮੀਟਰ ਦੂਰ ਹੈਗੀ ਹੈਗੀ, ਉਹਨੂੰ ਤਾਂ ਲੈ ਕੇ ਨਹੀਂ ਗਏ ਪਿੰਡ ਵਾਲੇ ਤਾਂ, ਵੀ ਉਹਦਾ ਚੌੜ ਕਰੂ ਯਾਰ, ਇੱਥੇ ਹੋਰ ਕੋਈ ਚੰਦ ਚੜੂਗਾ, ਸਾਈਕਲ ਖਿੱਚਤਾ। ਅੱਛਾ, ਦਿੱਲੀ ਨੂੰ ਸਾਰੀ ਮੈਨੂੰ ਲੱਗਦਾ 4-5 ਕਿਲੋਮੀਟਰ ਦੂਰ ਹੈਗੀ, ਜਾ ਕੇ ਟੈਂਪੂ 'ਚ ਵੜਤਾ ਸਾਈਕਲ। ਇਹ ਤੋਂ ਬਾਅਦ ਬਈ ਕਿਸਾਨਾਂ ਨੇ ਉਹਦੇ ਵਿਚਾਰੇ ਦੇ ਪੈਸੇ ਲਾਏ ਯਾਰ ਵਿਚਾਰੇ ਦੇ, ਹਨਾ। ਇਹ ਤੋਂ ਬਾਅਦ ਸਾਡੇ ਪਿੰਡ ਦੇ ਕਹਿੰਦੇ ਵੀ ਹੱਥ ਜੋੜ ਕੇ ਬੇਨਤੀ ਆ, ਸ਼ਰਾਰਤੀ ਅੰਸਰਾਂ ਨੂੰ ਨਾ ਤੋਰੋ, ਇਹ ਧਰਨਾ ਭੰਗ ਕਰਦੇ ਨੇ। ਉਹ ਇਹੋ ਜਿਹਾ ਬੰਦਾ ਯਾਰ, ਉੱਥੇ ਦਾ ਤੁਸੀਂ ਕਰੈਕਟਰ ਚੱਕ ਲਿਓ। ਹਾਂ, ਉਹਨਾਂ ਪਤਾ ਨਹੀਂ ਕੀ ਬੋਲਦੇ ਕੀ ਨਾ ਬੋਲੇ ਯਾਰ। ਪਿੰਡ ਦੇ ਵਿੱਚ 3 ਪੀੜ੍ਹੀਆਂ ਨੇ ਜਿਨ੍ਹਾਂ ਨੇ ਉਹ ਤੋਂ ਕੁੱਟ ਮਤਲਬ ਖਾ ਲਈ ਉਹਨੇ ਬੰਦੇ ਨੇ। ਅੱਛਾ, ਮੇਰੇ ਬਾਪੇ ਹੋਰਾਂ ਨੂੰ ਕੁੱਟਿਆ, ਅਸੀਂ ਕੁੱਟੇ, ਹੁਣ ਜਵਾਬ ਵੀ ਕੁੱਟਦੇ ਨੇ। ਬੰਦਾ ਯਾਰ ਨਹੀਂ ਹੈ ਯਾਰ, ਭੋਲਾ ਜਿਹਾ ਬੰਦਾ ਯਾਰ। ਮੈਂ ਇੱਕ ਦੋ ਹੋਰ ਚੀਜ਼ ਪੁੱਛਣੀ ਸੀ, ਜਿਹੜਾ ਰਾਮ ਸਰੂਪ ਦਾ ਤੁਸੀਂ ਕਰੈਕਟਰ ਕਰਦੇ ਹੋ, ਤੁਸੀਂ ਕਹਿੰਦੇ ਹੋ ਭੱਠਲ ਨਾਲ ਬਣਦੀ ਹੈ, ਮੈਂ ਕਦੇ ਬਾਈ ਨੂੰ ਸੱਚੀ ਫੋਨ ਤਾਂ ਨਹੀਂ ਆਇਆ ਕਦੇ ਭੱਠਲ ਨਾ ਬਣਦੀ ਹੈ ਨਾ ਬਾਈ? ਮਤਲਬ ਮਿਲ ਕੇ ਆਏ ਭੱਠਲ ਨੂੰ ਸਾਡੇ ਨਾਲ ਦੇ, ਮੈਂ ਨਹੀਂ ਗਿਆ ਪਰ ਦੱਸ ਰਹੀ ਸੀ। ਉਹ ਜਦੋਂ ਬਾਹਰ ਬੂਹਰ ਜਾਂਦੀ ਹੈ ਕੰਟਰੀ 'ਚ, ਫੋਨ 'ਤੇ ਔਫਲਾਈਨ ਡਾਊਨਲੋਡ ਕਰਕੇ ਲੈ ਕੇ ਜਾਂਦੀ ਆ ਉਹ, ਸਾਰੀ ਸਾਰੇ ਰਾਹ ਸੁਣ ਸੁਣਦੀ ਜਾਂਦੀ ਵੀ ਮੇਰਾ ਨਾਂ ਕਦੋਂ ਬੋਲੂਗਾ ਉਹ ਭੱਠਲ। ਅੱਛਾ, ਹਾਂ, ਇੰਨਾ ਪਸੰਦ ਕਰਦੀ ਆ ਉਹ ਤਾਂ, ਕਹਿੰਦੀ ਰਾਮ ਸਰੂਪ ਨੂੰ ਬਿਠਾਓ, ਕਹਿੰਦੀ ਕਦੇ ਚਾਹ ਪਾਣੀ ਪੀਵਾਂ। ਇਹ ਮੁਹੱਬਤ ਹੁੰਦੀ ਆ ਵੀਰੇ। ਅੱਛਾ, ਇੱਕ ਤੁਸੀਂ ਨਾ ਸਿੰਮੀ ਚਾਹ ਵਾਲਾ ਤੁਸੀਂ ਮੈਨੂੰ ਦੱਸੋ ਵੀਰੇ, ਉਹ ਉਹਨਾਂ ਨਾਲ ਖੜਨਾ ਤੁਸੀਂ ਜਦੋਂ ਕਰੈਕਟਰ ਕੀਤਾ ਉਹਨਾਂ ਨਾਲ? ਸਿੰਮੀ ਚਾਹ ਵਾਲਾ ਬਈ ਯਾਰ, ਇੱਕ ਤਾਂ ਨਾ ਯਾਰ ਚਲੇ ਬਾਹਰ ਕਰਕੇ ਇੰਨਾ ਕੌਨਫੀਡੈਂਸ ਆ ਗਿਆ ਬਈ ਵੀ ਜੋ ਮਰਜ਼ੀ ਆ ਯਾਰ ਆਪਾਂ ਕੱਢ ਦਾਂਗੇ, ਕੋਈ ਚੱਕਰ ਨਹੀਂ ਹੈਗਾ, ਹਨਾ। ਜਿਹੜਾ ਮਰਜ਼ੀ ਡਾਇਰੈਕਟਰ ਹੋਵੇ ਐਕਟਰ ਹੋਵੇ ਆਪਾਂ ਕਰ ਦਾਂਗੇ, ਕੋਈ ਦਿੱਕਤ ਨਹੀਂ। ਸਿੰਮੀ ਚਾਹ ਵਾਲਾ ਮੈਨੂੰ ਕਹਿੰਦੇ ਵੀ ਜਿਵੇਂ ਉਹਦੇ ਵਿੱਚ ਪੱਲ ਵੀ ਜਾ ਸੀਗਾ ਵੀ ਦੇਖ ਪੱਲ ਵੀ ਦੱਸ ਦੇ, ਕੁਝ ਨਹੀਂ ਚਾਹੀਦਾ, ਬਸ ਪਹਿਲਾਂ ਤਾਂ ਖਾਣ ਪੀਣ ਦਾ ਪ੍ਰੋਗਰਾਮ ਵਧੀਆ ਕਰ ਦਿਉ। ਹਾਂ, ਇੱਕ ਜੇ ਵਿਆਹ 'ਚ ਦਾਰੀ ਮਾੜੀ ਨਾ ਰੱਖਿਓ, ਜੋ ਵੀ ਸੀ ਨਾ ਇੱਕ ਸਾਂਝ 'ਚ ਬੋਲਣਾ ਸੀਗਾ, ਉਹ ਪਹਿਲਾਂ ਕਰ ਚੁੱਕਿਆ ਸੀ, ਮੈਨੂੰ ਪਤਾ ਸੀ। ਅਤੇ ਇਹ ਸਿੰਮੀ ਵਾਲਾ ਵੀ ਇੱਕ ਸਾਂਝ 'ਚ ਹੀ ਬੋਲਣਾ ਸੀ ਮੈਂ ਸਾਰਾ ਵੀ, ਐਂ ਕਰਕੇ ਯਾਰ ਵੀ ਤੂੰ ਮੈਨੂੰ ਬਹੁਤ ਵਧੀਆ ਲੱਗਦੀ, ਤੈਨੂੰ ਚੰਨ ਤਾਰਿਆਂ ਬਰਾਂ ਤੋਂ ਵੱਧ ਪਿਆਰ ਕਰਦਾ, ਇੰਨਾ ਪਿਆਰ ਤਾਂ ਕੈਪਟਨ ਅਮਰਿੰਦਰ ਅਤੇ ਕੇਜਰੀਵਾਲ ਭਗਵੰਤ ਮਾਨ ਨੂੰ ਨਹੀਂ ਕਰਦਾ, ਜੋ ਵੀ ਸੀਗਾ ਹੈ ਨਾ, ਅਤੇ ਉਹ ਬੋਲਣੀ ਸੀਗਾ, ਮੈਂ ਬੋਲਤਾ, ਮੈਨੂੰ ਦਮ ਤਾਂ ਲੈ ਲੈ ਸਿੰਮੀ ਚਹਿਲ ਕਹਿੰਦੀ, ਮਾਜੀ ਮੈਂ ਦਮ ਨਹੀਂ ਲੈਣਾ ਵੀ, ਉਹ ਕਹਿੰਦੇ ਵੀ ਇੱਕ ਸਾਂਝ ਹੀ ਬੋਲਣਾ। ਹਾਂ, ਮੈਂ ਕਹਿੰਦੀ ਫਿਰ ਮੈਨੂੰ ਤਾਂ ਐਂ ਨਹੀਂ ਪਤਾ ਲੱਗ ਰਿਹਾ ਵੀ ਪਾਊਚ ਕਿੱਥੇ ਤੇਰਾ, ਪਾਊਚ ਪੂਜ ਤਾਂ ਜੀ ਮੈਂ ਆਪ ਹੀ ਲੱਭ ਲਓ ਹੁਣ ਕਿੱਥੇ, ਪਤਾ ਜਿਹਾ ਨਹੀਂ ਲੱਗਦਾ, ਮੈਂ ਬੋਲਤਾ, ਮੈਂ ਤਾਂ ਬੋਲਤਾ। ਤੇ ਯਾਰ ਉਹ ਇੰਨਾ ਸੋਹਣਾ ਆ ਯਾਰ ਬਈ, ਕਲੈਪਿੰਗ ਹੋਈ ਯਾਰ ਬਈ ਉੱਥੇ ਜਿੰਨੇ ਵੀ ਸੀਗੇ, ਇੱਕੀ ਸੀਨ ਸੀਗਾ ਤੇ ਕਲੈਪਿੰਗ ਹੋਈ ਯਾਰ, ਹਨਾ। ਜਿਹੜੇ ਦਾਦੂ ਸਰ ਵੀ ਸੀ ਉੱਥੇ, ਉਹਨਾਂ ਨੇ ਵਧੀਆ ਕਲੈਪਿੰਗ ਕੀਤੀ, ਕਹਿੰਦੇ ਵੀ ਹਾਂ ਇੱਕੋ ਸੀਨ ਦੇ ਵਿੱਚ ਵੀ ਤੂੰ ਪੂਰੀ ਆਪਦੀ 100% ਜਾਨ ਪਾ ਗਿਆ ਮਤਲਬ। ਪਰ ਉਹ ਮੈਨੂੰ ਜਦੋਂ ਫਿਲਮ ਚੱਲੀ ਹਨਾ, ਤੇ ਮੈਨੂੰ ਪਤਾ ਨਹੀਂ, ਮੈਂ ਬਾਹਰੇ ਗਿਆ ਹੋਇਆ ਸੀਗਾ, ਮੈਂ ਇੰਗਲੈਂਡ ਗਿਆ ਹੋਇਆ ਸੀਗਾ, ਫਿਲਮ ਮੈਂ ਦੇਖੀ ਨਹੀਂ ਹੈਗੀ ਮੈਂ, ਤੇ ਉਹ ਮੈਨੂੰ ਕਾਫੀ ਟਾਈਮ ਬਾਅਦ ਉਹਦੀ ਰੀਲ ਆ ਗਈ ਮੂਹਰੇ। ਦੋ ਸੀਨ ਸੀਗੇ ਸਿਰਫ ਮੇਰੇ, ਉਹ ਦੋ ਦੇ ਦੋ ਹੀ ਵਾਇਰਲ ਹੋ ਗਏ ਸਿੰਮੀ ਚਹਿਲ ਵਾਲੇ, ਬਹੁਤ ਵਧੀਆ ਲੱਗਿਆ ਯਾਰ ਬਈ ਮੈਨੂੰ ਉੱਥੇ ਵੀ ਕੰਮ ਕਰਕੇ। ਪਰ ਉਹੀ ਗੱਲ ਆ ਬਈ, ਯਾਰ ਚੱਲੇ ਬਾਹਰ ਚ ਇੰਨਾ ਕਹਾਂਡ ਗਏ, ਕੋਈ ਚੱਕਰ ਹੀ ਨਹੀਂ। ਬਿਲਕੁਲ।